ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਅਸ਼ਵਨੀ ਸ਼ਰਮਾ ਤੇ ਹੋਏ ਹਮਲੇ ਸੰਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਸੋਮਵਾਰ ਦੀ ਸ਼ਾਮ ਨੂੰ ਲਾਂਗ ਟੋਲ ਪਲਾਜ਼ਾ ਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੱਡੀ ਤੇ ਹੋਏ ਹਮਲੇ ਦੇ ਸਬੰਧ ਵਿੱਚ ਟਾਂਡਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਹਾਲਾਂਕਿ ਪੁਲਿਸ ਅਧਿਕਾਰੀ ਇਸ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰਦੇ ਰਹੇ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਬੀਤੀ ਦੇਰ ਰਾਤ ਅਸ਼ਵਨੀ ਸ਼ਰਮਾ ਦੇ ਪੀਐਸਓ ਹਰੀ ਸਿੰਘ ਦੇ ਬਿਆਨ ਦੇ ਆਧਾਰ ਤੇ ਇਹ ਮਾਮਲਾ ਦਰਜ ਕੀਤਾ ਆਪਣੇ ਬਿਆਨਾਂ ਚ ਪੀਐਸਓ ਨੇ ਸਾਰੇ ਘਟਨਾਕਰਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨਾਂ ਵੱਲੋਂ ਲਾਇਆ ਧਰਨੇ ਦੇ ਸਥਾਨ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਪ੍ਰਦਾਨ ਅਸ਼ਵਨੀ ਸ਼ਰਮਾ ਦੀ ਗੱਡੀ ਦਾ ਰਾਹ ਰੋਕਣ ਦੇ ਨਾਲ-ਨਾਲ ਡੰਡੇ ਆਦ ਦੇ ਨਾਲ ਹਮਲਾ ਕਰਦੇ ਹੋਏ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਹਾਈ ਪ੍ਰੋਫਾਈਲ ਮਾਮਲਾ ਹੋਣ ਦੇ ਕਰਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਡੀਜੀਪੀ ਪੰਜਾਬ ਨੂੰ ਦਿੱਤੇ ਜਾਂਚ ਦੇ ਹੁਕਮਾਂ ਤੋਂ ਬਾਅਦ ਟਾండా ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਜਾਂਚ ਕਰ ਰਹੀ ਹੈ ਕਿਸਾਨਾਂ ਵੱਲੋਂ ਰੇਲ ਰੋਕੋ ਸੰਘਰਸ਼ ਵਧਾਇਆ 17 ਅਕਤੂਬਰ ਦੇ ਤੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਦੇ ਵਿੱਚ ਆਪਣਾ ਰੇਲ ਰੋਕੋ ਸੰਘਰਸ਼ 17 ਅਕਤੂਬਰ ਤੱਕ ਵਧਾ ਦਿੱਤਾ ਹੈ ਇਸ ਗੱਲ ਦੀ ਜਾਣਕਾਰੀ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਦੇਰ ਨੇ ਦਿੱਤੀ ਉਹਨਾਂ ਨੇ ਦੱਸਿਆ ਕਿ ਇਹ ਫੈਸਲਾ ਅਸੀਂ ਕੀਤਾ ਹੈ ਅੱਜ 14 ਅਕਤੂਬਰ ਨੂੰ ਕੇਂਦਰ ਸਰਕਾਰ ਵੱਲੋਂ ਸਾਦੀ ਮੀਟਿੰਗ ਦੇ ਵਿੱਚ ਨਹੀਂ ਜਾਵਾਂਗੇ ਉਹਨਾਂ ਨੇ ਕਿਹਾ ਇੱਕ ਪਾਸੇ ਕੇਂਦਰ ਸਰਕਾਰ ਗੱਲਬਾਤ ਦਾ ਸੱਦਾ ਦੇ ਰਹੀ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਮਬਈ ਅਤੇ ਹੋਰ ਥਾਵਾਂ ਤੇ ਕਿਸਾਨਾਂ ਬਾਰੇ ਹੋਰ ਦਾਅਵੇ ਕਰ ਰਹੇ ਹਨ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਇਜਲਾਸ ਬਲਾਉਨ ਤੇ ਹੋਵੇਗੀ ਚਰਚਾ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਬੁੱਧਵਾਰ 3 ਵਜੇ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਵੇਗੀ ਮੀਟਿੰਗ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦਾ ਫੈਸਲਾ ਲਿਆ ਜਾ ਸਕਦਾ ਮੁੱਖ ਮੰਤਰੀ ਨੇ ਕਿਸਾਨ ਆਗੂਆਂ ਨਾਲ 29 ਸਤੰਬਰ ਨੂੰ ਹੋਈ ਮੀਟਿੰਗ ਵਿੱਚ ਇੱਕ ਹਫ਼ਤੇ ਦੇ ਅੰਦਰ ਅੰਦਰ ਵਿਸ਼ੇਸ਼ ਇਜਲਾਸ ਬੁਲਾ ਕੇ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਨਵੇਂ ਕਾਨੂੰਨਾਂ ਖਿਲਾਫ ਮਤਾ ਪਾਸ ਕਰਨ ਦਾ ਭਰੋਸਾ ਦਿੱਤਾ ਹੈ ਕਿਸਾਨ ਆਗੂ ਇਜਲਾਸ ਨਾ ਬੁલાਏ ਜਾਣ ਕਾਰਨ ਖਫਾ ਹਨ ਇਜਲਾਸ ਬੁਲਾਉਣ ਲਈ ਵਿਰੋਧੀ ਧਿਰ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਚਰਚਾ ਹੈ ਕਿ 19 ਜਾਂ 20 ਅਕਤੂਬਰ ਨੂੰ ਇਜਲਾਸ ਬੁਲਾਇਆ ਜਾ ਸਕਦਾ ਹੈ ਕੇਂਦਰ ਅਤੇ ਕਿਸਾਨ ਯੂਨੀਅਨਾਂ ਦੀ ਗੱਲਬਾਤ ਰਹੀ ਬੇਨਤੀਜਾ ਨੁਮਾਇंदे ਬੋਲੇ ਸਿਰਫ ਬਿੱਲ ਸਮਝਾਇਆ ਗਿਆ ਵੱਡੀ ਖਬਰਾਂ ਦੀ ਖਬਰ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਆਪਾਂ ਇਸ ਵੀਡੀਓ ਦਾ 1500 ਦਾ ਲਾਈਕ ਏਮ ਰੱਖਦੇ ਹਾਂ ਸ੍ਰੋਤੇ ਵੀਰ ਜਲਦੀ ਜਲਦੀ ਲਾਈਕ ਕਰ ਦੇਣਾ ਕੇਂਦਰ ਸਰਕਾਰ ਵੱਲੋਂ ਤੇ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਵਾਦ ਅਜੇ ਵੀ ਜਾਰੀ ਹੈ ਪੰਜਾਬ ਹਰਿਆਣਾ ਸਮੇਤ ਉੱਤਰ ਭਾਰਤ ਦੇ ਕਈ ਰਾਜਾਂ ਵਿੱਚ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਇਸ ਦੌਰਾਨ ਬੁੱਧਵਾਰ ਨੂੰ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਪਹਿਲ ਕੀਤੀ ਗਈ ਪੰਜਾਬ ਦੀਆਂ ਕੁੱਲ 7 ਕਿਸਾਨ ਐਸੋਸੀਏਸ਼ਨਾਂ ਦਿੱਲੀ ਦੇ ਖੇਤੀਬਾੜੀ ਮੰਤਰਾਲੇ ਪਹੁੰਚੀਆਂ ਜਿੱਥੋਂ ਅਧਿਕਾਰੀਆਂ ਨਾਲ ਕਾਨੂੰਨਾ ਬਾਰੇ ਵਿਚਾਰ ਵਟਾਂਦਰਾ ਕੀਤੇ ਗਏ ਪਰ ਕੇਂਦਰ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਹੋਈ ਗੱਲਬਾਤ ਬੇਨਤੀਜਾ ਰਹੀ ਕਿਸਾਨ ਸੰਗਠਨ ਦੇ ਨੁਮਾਇੰਦੇ ਮੰਤਰਾਲੇ ਵਿੱਚ ਗੱਲਬਾਤ ਕਰਦਿਆਂ ਬਾਹਰ ਆ ਕੇ ਉਹਨਾਂ ਨੇ ਦੱਸਿਆ ਕਿ ਮੰਤਰਾਲੇ ਦੇ ਲੋਕਾਂ ਨੇ ਉਹਨਾਂ ਨੂੰ ਬਿੱਲ ਬਾਰੇ ਸਿਰਫ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਨਹੀਂ ਕਿਹਾ ਕਿ ਵਿਵਾਦਿਤ ਵਿਸ਼ਿਆਂ ਨੂੰ ਕਾਨੂੰਨ ਤੋਂ ਹਟਾ ਦਿੱਤਾ ਜਾਵੇਗਾ ਜਾਂ ਨਹੀਂ ਖੇਤੀਬਾੜੀ ਮੰਤਰਾਲੇ ਵੱਲੋਂ ਸੰਜੇ ਅਗਰਵਾਲ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ ਤੇ ਸੰਸਥਾਵਾਂ ਨੂੰ ਸੁਣਿਆ ਪੰਜਾਬ ਤੋਂ ਕਿਸਾਨ ਯੂਨੀਅਨ ਵਿੱਚ ਸ਼ਾਮਲ ਹੋਣ ਵਾਲੇ ਬਲਵੀਰ ਸਿੰਘ ਰਾਜੇਵਾਲ ਜਗਰੂਪ ਸਿੰਘ ਕਲਵੰਤ ਸਿੰਘ ਦਰਸ਼ਨਪਾਲ ਜਗਜੀਤ ਸਤਨਾਮ ਸਰਜੀਤ ਸਿੰਘ ਆਦਿ ਸ਼ਾਮਲ ਸਨ ਪੰਜਾਬ ਦੇ ਮੁਲਾਜ਼ਮਾਂ ਲਈ ਚੰਗੀ ਖਬਰ ਵਾਪਸ ਲਿਆ ਗਿਆ ਮੋਬਾਈਲ ਪੱਤਿਆਂ 'ਚੋਂ ਕਟੌਤੀ ਦਾ ਫੈਸਲਾ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਖੁਸ਼ਖਬਰੀ ਦਿੰਦੇ ਹੋਏ ਸਰਕਾਰ ਨੇ ਮੋਬਾਈਲ ਪੱਤਿਆਂ 'ਚੋਂ ਕੀਤੀ ਗਈ ਕਟੌਤੀ ਦੇ ਫੈਸਲੇ ਨੂੰ ਵਾਪਸ ਲਿਆ ਹੈ ਇਸ ਤੋਂ ਬਾਅਦ ਹੁਣ ਮੁਰ ਤੋਂ ਪੁਰਾਣੇ ਮੋਬਾਈਲ ਪੱਤੇ ਲਾਗੂ ਰਹਿਣਗੇ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਦੱਸਦੀਏ ਇਸ ਤੋਂ ਪਹਿਲਾਂ ਵੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਗਰੁੱਪ A ਦੇ ਮੁਲਾਜ਼ਮਾਂ ਨੂੰ 250 ਰੁਪਏ ਪ੍ਰਤੀ ਮਹੀਨਾ ਤੇ ਗਰੁੱਪ B ਦੇ ਮੁਲਾਜ਼ਮਾਂ ਨੂੰ 175 ਸੀ ਤੇ ਡੀ ਦੇ ਮੁਲਾਜ਼ਮਾਂ ਨੂੰ 150 ਰੁਪਏ ਪ੍ਰਤੀ ਮਹੀਨਾ ਮੋਬਾਈਲ ਦਾ ਪੱਤਾ ਦੇਣ ਦਾ ਫੈਸਲਾ ਕੀਤਾ ਸੀ ਹੁਣ ਪੁਰਾਣੇ ਮੋਬਾਈਲ ਪੱਤਿਆਂ ਨੂੰ ਲਾਗੂ ਕਰ ਦਿੱਤਾ ਗਿਆ ਹੈ A ਨੂੰ 500 ਰੁਪਏ B ਨੂੰ 300 C ਤੇ D ਨੂੰ 250 ਰੁਪਏ ਪ੍ਰਤੀ ਮਹੀਨਾ ਮੋਬਾਈਲ ਪੱਤਾ ਮਿਲੇਗਾ ਪ੍ਰਤੀ ਵਿਅਕਤੀ GDP ਚੂ ਭਾਰਤ ਬੰਗਲਾਦੇਸ਼ ਤੋਂ ਪਛੜ ਜਾਣ ਦੀ ਕਗਾਰ ਤੇ ਰਾਹੁਲ ਨੇ ਕਿਹਾ ਨਫ਼ਰਤ ਭਰੇ ਰਾਸ਼ਟਰਵਾਦ ਦੀ 6 ਸਾਲ ਦੀ ਪ੍ਰਾਪਤੀ ਦੇਸ਼ ਦੀ ਅਰਥ ਵਿਵਸਥਾ ਵੀ ਵਿਗੜ ਰਹੀ ਹੈ ਦੀ ਸਥਿਤੀ ਦੇ ਬਾਰੇ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮੋਦੀ ਸਰਕਾਰ ਉੱਤੇ ਨਿਰੰਤਰ ਹਮਲਾਵਾਰ ਹਨ ਅੰਤਰਰਾਸ਼ਟਰੀ ਮੁਦਰਾ ਫੰਡ ਯਾਨੀ ਆਈ ਐਮ ਐਫ ਨੇ ਹਾਲ ਹੀ ਵਿੱਚ ਅੰਦਾਜ਼ਾ ਲਾਇਆ ਕਿ ਪ੍ਰਤੀ ਜੀ ਡੀ ਪੀ ਦੇ ਮਾਮਲੇ ਵਿੱਚ ਭਾਰਤ ਹੁਣ ਬੰਗਲਾਦੇਸ਼ ਤੋਂ ਪਛੜ ਜਾਣ ਦੀ ਕगार ਤੇ ਪਹੁੰਚ ਗਿਆ ਆਈ ਐਮ ਐਫ ਦੀ ਇਸ ਰਿਪੋਰਟ ਨਾਲ ਰਾਹੁਲ ਗਾਂਧੀ ਨੇ ਹੁਣ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਰਾਹੁਲ ਗਾਂਧੀ ਨੇ ਅੱਜ IMF ਦੁਆਰਾ ਜਾਰੀ ਕੀਤੇ ਗਏ GDP ਦੇ ਪ੍ਰਤੀ ਵਿਅਕਤੀ ਅੰਕੜਿਆਂ ਦਾ ਟਵੀਟ ਕੀਤਾ ਇਸ ਟਵੀਟ ਵਿੱਚ ਰਾਹੁਲ ਗਾਂਧੀ ਨੇ ਤੰਜ ਕੱਸਦੇ ਹੋਏ ਕਿਹਾ ਭਾਜਪਾ ਦੇ ਨਫਰਤ ਭਰੇ ਸੱਭਿਆਚਾਰਕ ਰਾਸ਼ਟਰਵਾਦ ਦੀ 6 ਸਾਲ ਦੀ ਠੋਸ ਪ੍ਰਾਪਤੀ ਬੰਗਲਾਦੇਸ਼ ਭਾਰਤ ਨੂੰ ਪਛਾੜਨ ਲਈ ਤਿਆਰ ਦੱਸਦੀ ਹੈ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਅਨੁਮਾਨ ਲਾਇਆ ਗਿਆ ਕਿ ਬੰਗਲਾਦੇਸ਼ ਵਿੱਚ ਪ੍ਰਤੀ ਵਿਅਕਤੀ ਜੀਡੀਪੀ 2020 ਦੇ ਵਿੱਚ 4% ਦੀ ਦਰ ਦੇ ਨਾਲ 1877 ਡਾਲਰ ਪੱਧਰ ਤੇ ਵੱਧ ਰਹੀ ਹੈ। ਉਸ ਸਮੇਂ ਭਾਰਤ ਦੇ ਵਿੱਚ ਪ੍ਰਤੀ ਵਿਅਕਤੀ ਜੀਡੀਪੀ ਸਿਰਫ 10800 1888 ਜੋ ਕਿ ਬੰਗਲਾਦੇਸ਼ ਨਾਲੋਂ 11 ਡਾਲਰ ਹੀ ਵੱਧ ਹੈ। ਸੋ ਦੋਸਤੋ ਕੀ ਤੁਹਾਨੂੰ ਲੱਗਦਾ ਹੈ ਕਿ ਮੋਦੀ ਸਰਕਾਰ ਇਸ ਨੂੰ ਹੋਰ ਉੱਪਰ ਲੈ ਜਾ ਸਕਦੀ ਆ ਜਾਂ ਥੱਲੇ ਲਿਆਏਗੀ ਕਮੈਂਟ ਸੈਕਸ਼ਨ 'ਚ ਯੈਸ ਜਾਂ ਨੋ ਲਿਖ ਕੇ ਆਪਣੇ ਕੀਮਤੀ ਵਿਚਾਰ ਜ਼ਰੂਰ ਲਿਖੋ। ਪਿਓ ਨੇ 6 ਮਹੀਨੇ ਦੀ ਬੇਟੀ ਨੂੰ ਕੰਦ ਨਾਲ ਮਾਰ ਕੇ ਕੀਤੀ ਹੱਤਿਆ ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਆਦਮਪੁਰਾ ਵਿਖੇ ਬੀਤੀ ਰਾਤ ਇੱਕ ਪਿਓ ਵੱਲੋਂ ਆਪਣੀ 6 ਕੁ ਮਹੀਨਿਆਂ ਦੀ ਮਾਸੂਮ ਬੇਟੀ ਨੂੰ ਕੰਦ ਨਾਲ ਮਾਰ ਕੇ ਮਕਾਨ ਦੀ ਦਰਦਨਾਕ ਖਬਰ ਸਾਹਮਣੇ ਆਈ ਹੈ ਘਟਨਾ ਦੌਰਾਨ ਪਤਨੀ ਨੇ ਪਤਨੀ ਅਤੇ ਸਹੋਰਾ ਵੀ ਜ਼ਖਮੀ ਹੋ ਗਏ ਸੂਤਰਾਂ ਅਨੁਸਾਰ ਮ੍ਰਿਤਕ ਲੜਕੀ ਦਾ ਪਿਤਾ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਜੋ ਕਿ ਬੀਤੇ ਕੱਲ ਬਠਿੰਡਾ ਤੋਂ ਦਿਮਾਗ ਦੀ ਦਵਾਈ ਵੀ ਲੈ ਕੇ ਆਇਆ ਸੀ ਘਟਨਾ ਦੌਰਾਨ ਪਿਤਾ ਵੱਲੋਂ ਮਾਸੂਮ ਬੱਚੀ ਨੂੰ ਚੁੱਕਣ ਦੀ ਕੋਸ਼ਿਸ਼ ਕਰਨ ਵਾਲੀ ਆਪਣੀ ਹੀ ਪਤਨੀ ਤੇ ਸਹੁਰੇ ਨੂੰ ਵੀ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਪੁਲਿਸ ਵੱਲੋਂ ਘਟਨਾ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਸਰੋਤੇ ਵੀਰੋ ਤੁਸੀਂ ਕੀ ਕਹਿਣਾ ਚਾਹੁੰਦੇ ਏਸ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟ ਸੈਕਸ਼ਨ 'ਚੋਂ ਜਰੂਰ ਲਿਖੋ ਕਿਸਾਨ ਆਗੂ ਖਿਲਾਫ ਮਾਮਲਾ ਦਰਜ ਕੀਤੇ ਜਾਣ ਤੇ ਜਾਖੜ ਨੇ ਕੀਤੀ ਸਖਤ ਟਿੱਪਣੀ ਪੰਜਾਬ ਦੇ ਵਿੱਚ ਨਵੇਂ ਖੇਤੀ ਕਾਨੂੰਨਾਂ ਖਿਲਾਫ ਲਗਾਤਾਰ ਰੋਸ ਪ੍ਰਦਰਸ਼ਨ ਜਾਰੀ ਏਸ ਦੌਰਾਨ ਹਰਿਆਣਾ ਚੋਂ ਕਿਸਾਨ ਆਗੂ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਮਾਮਲੇ ਦੇ ਵਿੱਚ ਸਖਤ ਟਿੱਪਣੀ ਕੀਤੀ ਹੈ ਜਾਖੜ ਨੇ ਕਿਹਾ ਜੇਕਰ ਹਾਥਰਾਸ ਸਮੂਹਿਕ ਜ਼ਬਰਜਨਾਬ ਪੀੜਤਾ ਦੇ ਸਸਕਾਰ ਮਾਮਲੇ ਨੂੰ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ ਪਰੰਤੂ ਗਵਾਂਡੀ ਸੂਬੇ ਹਰਿਆਣਾ ਦੇ ਵਿੱਚ ਪ੍ਰਧਾਨ ਮੰਤਰੀ ਦੇ ਪੁਤਲੇ ਫੂਕਣ ਦਾ ਸੱਦਾ ਦੇਣ ਵਾਲੇ ਕਿਸਾਨ ਆਗੂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਜਨ ਤਨ ਖਾਤੇ ਨੂੰ ਆਧਾਰ ਨਾਲ ਕਰਾਓ ਲਿੰਕ ਮਿਲਣਗੇ 5000 ਰੁਪਏ ਵੱਡੀ ਖਬਰ ਆ ਜੀ ਪ੍ਰਧਾਨ ਮੰਤਰੀ ਜਨ ਤਨ ਯੋਜਨਾ ਦੇ ਤਹਿਤ ਦੇਸ਼ ਦੇ ਗਰੀਬਾਂ ਦਾ ਖਾਤਾ ਰਾਸ਼ਟਰੀ ਬੈਂਕ ਪੋਸਟ ਆਫਿਸ ਤੋਂ ਜ਼ੀਰੋ ਬੈਲੈਂਸ ਤੇ ਖੋਲਿਆ ਜਾਂਦਾ ਹੈ ਪੀ ਐਮ ਜੀ ਡੀਵਾਈ ਦੇ ਤਹਿਤ ਖੁਲਵਾਏ ਗਏ ਖਾਤਿਆਂ 'ਚ ਗਾਹਕਾਂ ਨੂੰ ਜ਼ੀਰੋ ਬੈਲੈਂਸ ਨਾਲ ਕਈ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜੇਕਰ ਇਹ ਖਾਤਾ ਆਧਾਰ ਨਾਲ ਲਿੰਕ ਹੋਵੇ ਤਾਂ ਜ਼ੀਰੋ ਬੈਲੈਂਸ ਦੇ ਬਾਵਜੂਦ ਤੁਸੀਂ 5000 ਰੁਪਏ ਕਢਵਾ ਸਕਦੇ ਹੋ ਪ੍ਰਧਾਨ ਮੰਤਰੀ ਜਨਤਨ ਯੋਜਨਾ ਅਕਾਊਂਟ ਦੇ ਗਾਹਕਾਂ ਨੂੰ 5000 ਰੁਪਏ ਦਾ ਓਵਰਡਰਾਫਟ ਸਹੂਲਤ ਮਿਲਦੀ ਹੈ ਪਰ ਇਸ ਲਈ ਅਕਾਊਂਟ ਦਾ ਆਧਾਰ ਨਾਲ ਲਿੰਕ ਹੋਣਾ ਜ਼ਰੂਰੀ ਆ ਇਸ ਯੋਜਨਾ ਦਾ ਉਦੇਸ਼ ਹਰ ਪਰਿਵਾਰ ਦੇ ਲਈ ਇਹ ਬੈਂਕ ਅਕਾਊਂਟ ਖੋਲਣਾ ਸੀਐਸ ਯੋਜਨਾ ਦੇ ਲਗਭਗ 10 ਸਾਲ ਦੇ ਬੱਚੇ ਦਾ ਵੀ ਖਾਤਾ ਖੋਲ੍ਹਿਆ ਜਾ ਸਕਦਾ ਇਸ ਖਾਤੇ ਤੇ ਵੀ ਓਵਰਡਰਾਫਟ ਦੀ ਸਹੂਲਤ ਉਦੋਂ ਹੀ ਮਿਲੇਗੀ ਜਦੋਂ ਖਾਤੇ ਚ ਜ਼ੀਰੋ ਬੈਲੈਂਸ ਹੋਵੇਗਾ ਜੇਕਰ ਅਕਾਊਂਟ ਨੂੰ ਆਧਾਰ ਨਾਲ ਲਿੰਕ ਨਹੀਂ ਕਰਵਾਇਆ ਤਾਂ ਓਵਰਡਰਾਫਟ ਦੀ ਸਹੂਲਤ ਦਾ ਲਾਭ ਨਹੀਂ ਲਿਆ ਜਾ ਸਕਦਾ ਓਵਰਡਰਾਫਟ ਦੀ ਸਹੂਲਤ ਗਾਹਕ ਨੂੰ ਉਦੋਂ ਮਿਲਦੀ ਹੈ ਜਦੋਂ ਪਹਿਲਾਂ 6 ਮਹੀਨੇ ਤੱਕ ਉਸ ਦੇ ਖਾਤੇ ਵਿੱਚ ਪੈਸੇ ਨਹੀਂ ਹੋਣਗੇ ਇਸ ਦੌਰਾਨ ਉਸ ਦੇ ਖਾਤੇ ਤੋਂ ਲੈਣ-ਦੇਣ ਕਰਦੇ ਰਹਿਣਾ ਪਵੇਗਾ ਖਾਤਾਧਾਰਕ ਨੂੰ ਰੁਪਏ ਡੈਬਿਟ ਕਾਰਡ ਜਾਰੀ ਕੀਤਾ ਜਾਂਦਾ ਤਾਂ ਜੋ ਉਸ ਨੂੰ 트랜ਜੈਕਸ਼ਨ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜਨਤਨ ਯੋਜਨਾ ਦੇ ਲਾਭ ਨੇ ਜੀ ਮਿਨੀਮਮ ਬੈਲੈਂਸ ਦੀ ਬੰਦਸ਼ ਨਹੀਂ ਫ੍ਰੀ ਮੋਬਾਈਲ ਬੈਂਕਿੰਗ ਦੀ ਸਹੂਲਤ 3000 ਰੁਪਏ ਤੱਕ ਦਾ ਲਾਈਫ ਕਵਰ ਹੈ ਦੇਸ਼ ਭਰ ਤੂ ਪੈਸਿਆਂ ਦੀ ਟ੍ਰਾਂਸਫਰ ਸਹੂਲਤ ਸਰਕਾਰੀ ਯੋਜਨਾਵਾਂ ਦਾ ਲਾਭ ਦਾ ਪੈਸਾ ਸਿੱਧਾ ਖਾਤੇ ਦੇ ਵਿੱਚ ਬੀਮਾ ਪੈਨਸ਼ਨ ਉਤਪਾਦ ਖਰੀਦਣਾ ਆਦ ਤੇ ਜਮਾ ਰਾਸ਼ੀ ਤੇ ਮਿਲਦਾ ਵਿਆਜ ਪਾਈ ਲੋਂਗੋਵਾਲ ਦੀ ਪ੍ਰਧਾਨਗੀ ਚ ਕਮੇਟੀ ਦੀ ਇਕਤਰਤਾ ਪਾਵਨ ਸਰੂਪਾਂ ਦੇ ਦੋਛੀਆਂ ਨੂੰ ਸਜ਼ਾਵਾ ਦੇਣ ਦੀ ਅਪੀਲ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਹੈ ਜੀ 24 ਘੰਟਿਆਂ ਚੋਂ 63509 ਨਵੇਂ ਮਾਮਲੇ 730 ਮੌਤਾਂ ਠੀਕ ਹੋਣ ਵਾਲੇ ਮਰੀਜ਼ਾਂ ਦਾ ਫੀਸ ਦੀ 88.5 ਹੋਇਆ ਵਾਧਾ ਪਿਛਲੇ 24 ਘੰਟਿਆਂ ਚੋਂ ਦੇਸ਼ ਵਿੱਚ ਕੋਰੋਨਾ ਦੇ 63509 ਨਵੇਂ ਕੇਸ ਸਾਹਮਣੇ ਆਏ ਹਨ ਤੇ 700 3 ਲੋਕਾਂ ਦੀ ਮੌਤ ਹੋ ਚੁੱਕੀ ਆ ਇਸ ਦੇ ਨਾਲ ਹੀ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 72,39,390 ਹੋ ਚੁੱਕੀ ਆ ਮੌਤਾਂ ਦੀ ਗਿਣਤੀ 1,10,586 ਹੋ ਗਈ ਆ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਦੇ ਵਿੱਚ 8,26,800 76 ਐਕਟਿਵ ਮਰੀਜ਼ ਹਨ ਰਾਹਤ ਦੀ ਖਬਰ ਇਹ ਆ ਕਿ ਹੁਣ ਤੱਕ 63,1900 28 ਮਰੀਜ਼ ਕਰੋਨਾ ਤੋ ਠੀਕ ਹੋ ਗਏ ਹਮ ਤੇ ਦੇਸ਼ ਦਾ ਰਿਕਵਰੀ ਰੇਟ ਵੱਧ ਕੇ 87.5 ਫੀਸਦੀ ਹੋ ਗਿਆ ਹੈ ਪਿਛਲੇ 24 ਘੰਟਿਆਂ ਚ 11 ਲੱਖ ਟੈਸਟ ਲਏ ਗਏ ਹਨ ਬਹਿਬਲ ਕਲਾ ਤੇ ਕੋਟਕਪੂਰਾ ਗੋਲੀकांड 5 ਸਾਲ ਚ ਜਾਂਚ ਨਹੀਂ ਲੱਗੀ ਕਿਸੇ ਤਨਪੱਤਨ ਹੁਣ ਰਾਮ ਰਹੀਮ ਹੋ ਸਕਦਾ ਨਾਮਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਹੋਏ ਬਹਿਬਲ ਕਲਾ ਤੇ ਕੋਟਕਪੂਰਾ ਗੋਲੀकांड ਦੇ ਵਿੱਚ 5 ਸਾਲ ਬੀਤ ਜਾਣ ਤੇ ਪਰ ਜਾਂਚ ਹਜੇ ਤੱਕ ਤਨਪੱਤ ਨਹੀਂ ਲੱਗੀ ਹੁਣ ਇਸ ਮਾਮਲੇ 'ਚੋਂ ਐਸਆਈਟੀ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਤੱਕ ਪਹੁੰਚ ਸਕਦੀ ਐ ਇਸ ਮਾਮਲੇ 'ਚੋਂ ਐਸਆਈਟੀ ਨੇ ਪਹਿਲਾਂ ਤਤਕਾਲੀ ਡੀਜੀਪੀ ਸੁਮੇਧ ਸੈਣੀ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਐਸਐਸਪੀ ਚਰਨਜੀਤ ਸ਼ਰਮਾ ਐਸਪੀ ਬਲਜੀਤ ਸਿੰਘ ਸਿੱਧੂ ਪਰਮਜੀਤ ਸਿੰਘ ਪੰਨੂ ਵਿਕਰਮਜੀਤ ਸਿੰਘ ਇੰਸਪੈਕਟਰ ਪ੍ਰਦੀਪ ਸਿੰਘ ਥਾਣਾ ਬਾਜਾਖਾਨਾ ਦੇ ਤਤਕਾਲੀ ਐਸਐਚਓ ਆਦ ਨੂੰ ਨਾਮਜ਼ਦ ਕੀਤਾ ਸੀ ਐਸਆਈਟੀ ਬੇਸ਼ੱਕ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਨਾਮਜ਼ਦ ਕਰ ਲਿਆ ਪਰ ਕਈ ਯਤਨਾਂ ਦੇ ਬਾਵਜੂਦ ਸਾਬਕਾ ਡੀਜੀਪੀ ਸੈਣੀ ਤੇ ਉਮਰਾਨੰਗਲ ਤੇ ਬਾਕੀ ਪੁਲਿਸ ਅਧਿਕਾਰੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕਰ ਸਕੀ ਪੰਜਾਬ ਸਰਕਾਰ ਬਦਲਣ ਤੋਂ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸੌਂਪ ਦਿੱਤੀ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਬਹਿਬਲ ਕਲਾ ਗੋਲੀकांड ਨੂੰ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਫਤੇਗੜ ਸਾਹਿਬ ਦੇ ਦੋ ਪਿੰਡਾਂ ਦੀ ਵਿਧਵੀ ਮਾਮਲੇ ਚ ਆਇਆ ਨਵਾਂ ਮੂੜ ਫਤੇਗੜ ਸਾਹਿਬ ਦੇ ਦੋ ਪਿੰਡ ਤਰਖਾਨ ਮਾਜਰਾ ਤੇ ਜੱਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਧਵੀ ਮਾਮਲੇ ਚ ਉਸ ਵੇਲੇ ਨਵਾਂ ਮੂੜ ਆਇਆ ਜਦੋਂ ਇਸ ਲਈ ਇਸ ਸੰਬੰਧੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਜਿਸ ਦੇ ਮੁਖੀ ਐਸਪੀ ਰੈਂਕ ਦੇ ਅਧਿਕਾਰੀ ਹੋਣਗੇ ਜਦੋਂ ਕਿ ਡੀਐਸਪੀ ਡੀ ਡੀਐਸਪੀ ਫਤੇਗੜ ਸਾਹਿਬ ਦੇ ਇਸ ਮਾਮਲੇ 'ਚ ਹਰੇਕ ਪਹਿਲੂ ਦੀ ਜਾਂਚ ਕਰ ਰਹੇ ਹਨ ਫਤੇਗੜ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਅਮਨਿਤ ਕੌਂਡਲ ਨੇ ਦੱਸਿਆ ਕਿ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਕੌਂਡਲ ਨੇ ਕਿਹਾ ਕਿ ਜ਼ਿਲ੍ਹੇ 'ਚੋਂ ਅਮਨ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ ਪੰਜਾਬ 'ਚੋਂ ਮੁਰ ਸ਼ਰਮਨਾਕ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਣ ਮਗਰੋਂ ਪਿਸ਼ਾਬ ਪਿਆ ਇਥੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਇਥੋਂ ਦੇ ਵੇਰੌਕਾ ਅਧੀਨ ਪੈਂਦੇ ਪਿੰਡ 'ਚੋਂ ਸੋਮਵਾਰ ਨੂੰ ਦੇਰ ਸ਼ਾਮ ਅਨੁਸੂਚਿਤ ਜਾਤੀ ਦੇ ਇੱਕ ਨੌਜਵਾਨ ਨੂੰ ਚੋਰ ਦੱਸ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਪਿਸ਼ਾਬ ਪਿਆ ਗਿਆ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਵਿੱਚ ਦਾਖਲ ਕਰਵਾਇਆ ਗਿਆ ਪੀੜਤ ਆਪਣੇ ਭਰਾ ਨੂੰ ਮਿਲਣ ਪਿੰਡ ਗਿਆ ਸੀ ਥਾਣਾ ਵੈਰੋਕੋ ਪੁਲਿਸ ਨੇ ਮੰਗਲਵਾਰ ਨੂੰ ਪੀੜਤ ਦੇ ਬਿਆਨਾਂ ਤੇ ਤਿੰਨ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿਸਾਨ ਝੋਨੇ ਦੇ ਫੂਸ ਨੂੰ ਬੋਨਸ ਮਿਲਣ ਤੱਕ ਅੱਗ ਲਾਉਣ ਲਈ ਵਾਜਦ ਅੱਜ ਸਥਾਨਿਕ ਕਸਬਾ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਰੋਸਤਰਣਾ ਲਾਇਆ ਗਿਆ ਇਸ ਮੌਕੇ ਕਿਸਾਨਾਂ ਨੇ ਜ਼ੋਰਦਾਰ ਨਾਰੇਬਾਜ਼ੀ ਕਰਨ ਤੋਂ ਬਾਅਦ ਪੰਜਾਬ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਉਹਨਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਆਪਣੇ ਖੇਤਾਂ ਵਿੱਚ ਝੋਨੇ ਦੇ ਫੂਸ ਨੂੰ ਨਸ਼ਟ ਕਰਨ ਲਈ ਅੱਗ ਲਾਉਣ ਉੱਤੇ ਚਲਾਨ ਕੱਟੇ ਜਾ ਰਹੇ ਹਨ ਕਿਸਾਨਾਂ ਆਗੂ ਸੋਨ ਸਿੰਘ ਗਿੱਲ ਗੁਰਪ੍ਰਤਾਪ ਸਿੰਘ ਤੇ ਜਸਵੀਰ ਸਿੰਘ ਗੁਰਾਇਆ ਨੇ ਕਿਹਾ ਕਿ ਕਿਸਾਨਾਂ ਨੂੰ ਡਰਾਉਣ ਲਈ ਭਾਰੀ ਜੁਰਮਾਨੇ ਲਗਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਸਰਕਾਰ ਆਪਣੇ ਵਾਅਦੇ ਦੇ ਅਨੁਸਾਰ ਕੋਈ ਬੋਨਸ ਜਾਂ ਮੁਆਵਜ਼ਾ ਨਹੀਂ ਦੇ ਰਹੀ ਉਹਨਾਂ ਨੇ ਕਿਸਾਨਾਂ ਕਿਸਾਨਾਂ ਨੂੰ ਪ੍ਰਤੀ ਕੁਆਂਟਲ 200 ਰੁਪਏ ਬੋਨਸ ਦਿੱਤਾ ਜਾਵੇ ਜੇਕਰ ਪ੍ਰਸ਼ਾਸਨ ਵੱਲੋਂ ਇਲਾਕੇ ਦੇ ਵਿੱਚ ਕਿਸੇ ਕਿਸਮ ਦਾ ਕੋਈ ਜੁਰਮਾਨਾ ਕੀਤਾ ਗਿਆ ਤਾਂ ਉਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਸਰੋਤੇ ਵੀਰੋ ਜੇਕਰ ਤੁਸੀਂ ਵੀ ਪ੍ਰਤੀ ਕੁਆਂਟਲ 200 ਰੁਪਏ ਬੋਨਸ ਦੇ ਨਾਲ ਸਹਿਮਤ ਹੋ ਤਾਂ ਕਮੈਂਟ ਸੈਕਸ਼ਨ ਚ ਯੈਸ ਜ਼ਰੂਰ ਲਿਖੋ ਪ੍ਰਧਾਨ ਮੰਤਰੀ ਮੋਦੀ 16 ਅਕਤੂਬਰ ਨੂੰ ਜਾਰੀ ਕਰਨਗੇ 75 ਰੁਪਏ ਦਾ ਯਾਦਗਾਰੀ ਸਿੱਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਅਕਤੂਬਰ ਨੂੰ 75 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਨਗੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਨਾਲ ਭਾਰਤ ਦੇ ਸਬੰਧਾਂ ਨੂੰ ਚਿੰਨਿਤ ਕਰਨ ਲਈ ਇਹ ਸਿੱਕਾ ਜਾਰੀ ਕੀਤਾ ਜਾਵੇਗਾ ਦਰਅਸਲ 16 ਅਕਤੂਬਰ ਨੂੰ ਖੁਰਾਕ ਅਤੇ ਕਿਸਾਨੀ ਸੰਗਠਨ ਦੀ 75ਵੀਂ ਬਰੇਗੰਡ ਇਹ ਸਿੱਕਾ ਜਾਰੀ ਕੀਤਾ ਜਾਵੇਗਾ ਭਾਰਤ ਐਫੀਓ ਦੇ ਨਾਲ ਸਬੰਧਤ ਨੂੰ ਚਿੰਤਤ ਕਰਨ ਦੇ ਲਈ ਇਹ ਸਿੱਕਾ ਜਾਰੀ ਕੀਤਾ ਜਾਵੇਗਾ ਇਸ ਈਵੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਖੇਤੀ ਨੂੰ ਪੋਸ਼ਣ ਨੂੰ ਤਰਜੀਹ ਦਿੱਤੀ ਜਾਵੇਗੀ ਦੇਸ਼ ਦਾ ਮੌਜੂਦਾ ਕੋ ਪੋਸ਼ਣ ਨੂੰ ਬੁਰੀ ਤਰ੍ਹਾਂ ਨਾਲ ਖਤਮ ਕਰਨ ਦਾ ਸੰਕਲਪ ਲਿਆ ਜਾਵੇਗਾ ਇਹ ਸਮਾਗਮ ਦੇਸ਼ ਭਰ ਦੇ ਆਂਗਣਵਾੜੀ ਖੇਤੀਬਾੜੀ ਵਿਗਿਆਨ ਕੇਂਦਰ ਜੈਵਿਕਾ ਤੇ ਬਾਗਬਾਨੀ ਮਿਸ਼ਨਾਂ ਦਾ ਮਿਸ਼ਰਣ ਹੋਵੇਗਾ ਦਰਦਨਾਕ ਹਾਦਸਾ 8 ਸਾਲਾਂ ਬਾਅਦ ਮਾਂ ਨੇ ਵੇਖਿਆ ਸੀ ਪੁੱਤਾਂ ਦਾ ਮੂੰਹ ਖੇਡ ਖੇਡ ਚ ਹੋਈ ਦੋਹਾਂ ਦੀ ਮੌਤ ਪੂਰੀ ਖਬਰ रिकॉर्ड ਕਰਕੇ ਚੈਨਲ ਤੇ ਅਪਲੋਡ ਕਰ ਦਿੱਤੀ ਗਈ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਚੈਨਲ ਦੇ ਵਿੱਚ ਜਾ ਕੇ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਵੱਡਾ ਕਾਰਨਾਮਾ ਆਇਆ ਸਾਹਮਣੇ ਸੀਆਈਏ ਸਟਾਫ ਪਟਿਆਲਾ ਦੇ ਵੱਲੋਂ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਦੋ ਨੇੜਲੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸੀਆਈ ਨੇ ਮੈਕਸਿਮ ਸਿਕਿਉਰਿਟੀ ਜੇਲ ਨਾਬਾ ਤੋਂ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਅਦਾਲਤ ਚ ਪੇਸ਼ ਕੀਤਾ ਮਾਨਜੋਗ ਹੈ ਕਿ ਅਦਾਲਤ ਨੇ ਦਿਲਪ੍ਰੀਤ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਇੱਧਰ ਸੀਆਈਏ ਸਟਾਫ ਨੇ ਰਿਮਾਂਡ ਲੈਣ ਤੋਂ ਬਾਅਦ ਜਦੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਦਿਲਪ੍ਰੀਤ ਬਾਬਾ ਜੇਲ ਤੋਂ ਹੀ ਆਪਣਾ ਗੈਂਗ ਚਲਾ ਰਿਹਾ ਸੀ ਕਾਰਖਾਨੇ ਤੇ ਹਿਮਾਚਲ ਦੇ ਵੱਦੀ ਦੀ ਘੜਨਾ ਨੂੰ ਉਸ ਦੇ ਇਸ਼ਾਰੇ ਤੇ ਹੀ ਕੀਤਾ ਗਿਆ ਉਹ ਜੇਲ ਦੇ ਵਿੱਚ ਬੈਠੇ ਆਪਣੇ ਨਿਰਦੇਸ਼ਕ ਨਿਰਦੇਸ਼ ਜਾਰੀ ਕਰਦੇ ਹਨ ਤੇ ਉਸ ਦੇ ਨੇੜਲੇ ਸਾਥੀਓ ਉਸ ਨੂੰ ਅੱਗੇ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਲਾਡੂਵਾਲ ਟੋਲ ਪਲਾਜ਼ਾ ਤੇ ਧਰਨਾ ਜਾਰੀ ਕਲਾਕਾਰਾਂ ਦੀ ਹੋ ਰਹੀ ਹੈ ਸ਼ਮੂਲੀਅਤ ਜ਼ਿਲ੍ਹਾ ਲੁਧਿਆਣਾ ਸਥਿਤ ਲਾਡੂਵਾਲ ਟੋਲ ਪਲਾਜ਼ਾ ਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ 8ਵੇਂ ਦਿਨ ਵੀ ਜਾਰੀ ਹੈ ਧਰਨੇ ਵਿੱਚ ਕਿਸਾਨਾਂ ਦੇ ਨਾਲ ਬੀਬੀਆਂ ਨੌਜਵਾਨ ਖੇਡ ਪ੍ਰੇਮੀਆਂ ਤੇ ਕਲਾਕਾਰਾਂ ਵੱਲੋਂ ਸ਼ਮੂਲਤ ਕੀਤੀ ਜਾ ਰਹੀ ਸ੍ਰੋਤੇ ਵੀਰੋ ਜੇਕਰ ਤੁਸੀਂ ਵੀ ਕਿਸੇ ਧਰਨੇ ਦੇ ਵਿੱਚ ਸ਼ਮੂਲਤ ਕੀਤੀ ਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਿਲ੍ਹਾ ਪਿੰਡ ਜਾਂ ਧਰਨੇ ਦਾ ਸਥਾਨ ਜ਼ਰੂਰ ਲਿਖੋ ਸਰਕਾਰੀ ਟੈਲੀਕਮ ਕੰਪਨੀਆਂ ਦਾ ਖਸਤਾ ਹਾਲ ਦੇਖ ਕੇ ਕੇਂਦਰ ਸਰਕਾਰ ਨੇ ਲਿਆ ਵੱਡਾ ਫੈਸਲਾ ਸਰਕਾਰੀ ਟੈਲੀਕਮ ਕੰਪਨੀਆਂ BSNL ਤੇ MTL ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ ਸਾਰੇ ਮੰਤਰਾਲੇ ਸਰਕਾਰੀ ਵਿਭਾਗਾਂ ਤੇ ਪਬਲਿਕ ਸੈਕਟਰ ਯੂਨਿਟਸ ਅਰਥਾਤ ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਭਾਰਤ ਸੰਚਾਰ ਨਿਗਮ ਲਿਮਟਿਡ ਮਹਾਨਗਰ ਟੈਲੀਫੋਨ ਨਿਗਮ ਲਿਮਟਿਡ ਦੀਆਂ ਟੈਲੀਕਮ ਸੇਵਾਵਾਂ ਦਾ ਇਸਤੇਮਾਲ ਕਰਨਾ ਲਾਜ਼ਮੀ ਹੋਵੇਗਾ ਹੁਣ ਫਿਰ ਲੁਧਿਆਣਾ ਦੇ ਘਰ ਦੇ ਬਾਹਰ ਖੇਡ ਰਿਹਾ 4 ਸਾਲਾ ਬੱਚਾ ਹੋਇਆ ਲਾਪਤਾ ਸ਼ਹਿਰ ਦੇ ਸਮੇ ਉਸ ਸਮੇਂ ਸ਼ਹਿਰ ਦੇ ਵਿੱਚ ਸਨਸਨੀ ਫੈਲ ਗਈ ਜਦੋਂ ਘਰ ਦੇ ਬਾਹਰ ਖੇਡ ਰਿਹਾ 4 ਸਾਲਾ ਮਾਸੂਮ ਬੱਚਾ ਸ਼ੱਕੀ ਹਾਲਤ ਵਿੱਚ ਲਾਪਤਾ ਹੋ ਗਿਆ ਘਟਨਾ ਦੀ ਜਾਣਕਾਰੀ ਮਿਲਦੇ ਮੌਕੇ ਤੇ ਪਹੁੰਚੇ ਥਾਣਾ ਜਮਾਲਪੁਰ ਦੀ ਪੁਲਿਸ ਪਹੁੰਚੀ ਅਤੇ ਅਣਪਛਾਤੇ ਗਵਾਹਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਸੋਨੂ ਕੁਮਾਰ ਵਾਸੀ ਪ੍ਰਭੂ ਨਗਰ ਲੁਧਿਆਣਾ ਨੇ ਦੱਸਿਆ ਕਿ ਉਸ ਦਾ 4 ਸਾਲਾ ਬੇਟਾ ਮਨੀਸ਼ ਬੀਤੇ ਦਿਨ ਘਰ ਦੇ ਬਾਹਰ ਬੱਚਿਆਂ ਨਾਲ ਖੇਡ ਰਿਹਾ ਸੀ ਜੋ ਅਚਾਨਕ ਗਾਇਬ ਹੋ ਗਿਆ ਜਿਸ ਦੀ ਕਾਫੀ ਪਾਲ ਕੀਤੀ ਗਈ ਹੈ ਸ਼ਰਾਰਤੀ ਅਨਸਰਾਂ ਨੇ ਤਹਿਸੀਲ ਕੰਪਲੈਕਸ ਬਲਾਚੌਰ ਨੂੰ ਬਣਾਇਆ ਨਿਸ਼ਾਨਾ ਖਾਲਿਸਤਾਨ ਪੱਕੀ ਲਿਖੇ ਨਾਰੇ ਅੱਜ ਸਵੇਰੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਉਸ ਵੇਲੇ ਹੱਥ ਪੈਰਾਂ ਦੀ ਪੈ ਗਈ ਜਦੋਂ ਗੜ ਸ਼ੰਕਰ ਰੋਡ ਤੇ ਸਥਿਤ ਤਹਿਸੀਲ ਕੰਪਲੈਕਸ ਬਲਾਚੌਰ ਦੇ ਮੇਨ ਗੇਟ ਦੇ ਨਾਲ ਕੰਧ ਦੇ ਉੱਪਰ ਸ਼ਰਾਰਤੀ ਅਨਸਰਾਂ ਵੱਲੋਂ ਖਾਲਿਸਤਾਨ ਲਿਖਿਆ ਵੇਖਿਆ ਗਿਆ ਸੂਚਨਾ ਮਿਲਦੇ ਹੀ ਥਾਣਾ ਅਫਸਰ ਸਿਟੀ ਬਲਾਚੌਰ ਅਨਵਰ ਅਲੀ ਦੇ ਜ਼ਿੰਮੇ ਤੌਰ ਤੇ ਪੁਲਿਸ ਫੋਰਸ ਮੌਕੇ ਤੇ ਪੁੱਜੀ ਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਉਪਰੰਤ ਦੀਵਾਰ ਤੇ ਲਿਖੇ ਗਏ ਖਾਲਿਸਤਾਨ ਨੂੰ ਰੰਗ ਦੇ ਨਾਲ ਮਿਟਾਇਆ ਗਿਆ ਨਵੀਂ ਵੋਟਰ ਸੂਚੀ ਨੂੰ ਅੰਤਮ ਪ੍ਰਕਾਸ਼ਨਾ 15 ਜਨਵਰੀ 2021 ਨੂੰ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਮੁੱਖ ਚੋਣਕਾਰ ਅਫਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਨਵੀਂ ਵੋਟਰ ਸੂਚੀ ਨੂੰ 15 ਜਨਵਰੀ 2021 ਨੂੰ ਹੋਵੇਗੀ ਇਸ ਦੇ ਸਬੰਧੀ ਅਮਰਤਸਰ ਪੂਰਬੀ ਵਿਧਾਨ ਸਭਾ ਚੋਣ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਕਮ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਅਮਰਤਸਰ ਸ਼੍ਰੀਮਤੀ ਜੋਤੀ ਬਾਲਾ ਨੇ ਹਲਕੇ ਵਿੱਚ ਕੰਮ ਕਰ ਰਹੇ 155 ਪੋਲਿੰਗ ਸਟੇਸ਼ਨਾਂ ਦੇ ਤਾਇਤ ਬੂਥ ਲੈਵਲ ਅਧਿਕਾਰੀਆਂ ਨੂੰ ਸਾਬਿਤ ਮੂਰਤੀ ਸਥਾਈ ਕਰਨ ਲਈ ਚੋਣ ਸਮਗਰੀ ਵੰਡਣ ਦੇ ਲਈ ਹੁਕਮ ਦਿੱਤੇ ਪੁਲਿਸ ਤੋਂ ਇੱਕੀ ਔਰਤ ਪੈਟਰੋਲ ਲੈ ਕੇ ਪਾਣੀ ਦੀ ਟੈਂਕੀ ਤੇ ਚੜੀ ਬੁੱਧਵਾਰ ਸਵੇਰੇ ਖੰਨਾ ਦੇ ਅਮਲੋ ਰੋਡ ਤੇ ਇੱਕ ਔਰਤ ਬੋਤਲ ਤੇ ਪੈਟਰੋਲ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ ਗਈ ਔਰਤ ਨੇ ਪੁਲਿਸ ਤੇ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਉਸਨੇ ਕਿਹਾ ਪੁਲਿਸ ਨੇ ਉਸਦੇ ਬੇਟੇ ਨੂੰ ਗਲਤ ਕੇਸ ਦੇ ਵਿੱਚ ਫਸਾਇਆ ਹੋਇਆ ਹੈ ਹਾਈ ਕੋਰਟ ਨੇ ਦੇਸ਼ ਦੀ ਗੁਪਤ ਜਾਣਕਾਰੀ ਦੁਸ਼ਮਨ ਨੂੰ ਦੇਣ ਵਾਲਿਆਂ ਦੀ ਜ਼ਮਾਨਤ ਅਰਜੀ ਕੀਤੀ ਰੱਦ ਕਿਹਾ ਤਰਸ ਦੇ ਹੱਕਦਾਰ ਨਹੀਂ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਜੀ ਕਿਸਾਨਾਂ ਦੀ ਲੜਾਈ ਲੜਦੇ ਕਿਤੇ ਕਿਸਾਨਾਂ ਦਾ ਹੀ ਨੁਕਸਾਨ ਨਾ ਕਰ ਬੈਠੀਏ ਤ੍ਰਿਪਤ ਬਾਜਵਾ ਬੇहद ਫਿਕਰਮੰਦ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀ ਆਮ ਅਤੇ ਖਾਸ ਖਬਰਾਂ ਵੀਡੀਓ ਦੇਖਣ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਧੰਨਵਾਦ